ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਵ ਇੰਡੀਆ ਨਿਊਜ਼, ਮੈਂ ਗੋਬਿੰਦ ਸੈਣੀ। ਵਿਸਾਖੀ ਤੋਂ ਬਾਅਦ ਬਠਿੰਡਾ ਦੀ ਦਾਣਾ ਮੰਡੀ ਵਿੱਚ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸ ਵਕਤ ਅਸੀਂ ਬਠਿੰਡਾ ਦੀ ਦਾਣਾ ਮੰਡੀ 'ਚ ਮੌਜੂਦ ਹਾਂ। ਤੁਹਾਨੂੰ ਤਸਵੀਰਾਂ ਦਿਖਾ ਦਈਏ, ਕਿਸਾਨਾਂ ਦੇ ਤਰਫੋਂ ਆਪਣੀ ਕਣਕ ਜਿਹੜੀ ਫਸਲ ਜਿਹੜੀ ਹੈਗੀ ਹੈ ਵੇਚਣ ਵਾਸਤੇ ਬਠਿੰਡਾ ਦੀ ਦਾਣਾ ਮੰਡੀ ਵਿੱਚ ਪਹੁੰਚ ਰਹੇ ਹੈਗੇ ਨੇ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜੇ ਕਿਸਾਨ ਜਿਹੜੇ ਹੈਗੇ ਆ ਕਾਫੀ ਦੇਰੀ ਤੋਂ ਬਾਅਦ ਜਿਹੜੇ ਹੈਗੇ ਆ ਬਠਿੰਡਾ ਮੰਡੀ ਦੀ ਦਾਣਾ ਮੰਡੀ 'ਚ ਪਹੁੰਚੇ ਹੈਗੇ ਨੇ। ਵਿਸਾਖੀ ਦੇ ਮੇਲੇ ਤੋਂ ਬਾਅਦ ਅਕਸਰ ਦੇਖਿਆ ਗਿਆ ਹੈਗਾ ਕਿਸਾਨ ਜਿਹੜੇ ਹੈਗੇ ਆ ਆਪਣੀ ਕਣਕ ਦੀ ਵਾਢੀ ਸ਼ੁਰੂ ਕਰ ਦਿੰਦੇ ਆ ਅਤੇ ਕਣਕ ਵੇਚਣ ਵਾਸਤੇ ਮੰਡੀ ਵਿੱਚ ਪਹੁੰਚਦੇ ਹੈਗੇ ਆ। ਹਾਲਾਂਕਿ ਪੰਜਾਬ ਸਰਕਾਰ ਦੀ ਤਰਫੋਂ 1 ਅਪ੍ਰੈਲ ਤੋਂ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਸੀ, ਪਰੰਤੂ ਬਠਿੰਡਾ ਦੀ ਦਾਣਾ ਮੰਡੀ ਦੇ ਵਿੱਚ 15 ਤਰੀਕ ਤੋਂ ਬਾਅਦ ਜਿਹੜੀ ਹੈਗੀ ਹੈ ਕਣਕ ਦੀ ਫਸਲ ਜਿਹੜੀ ਪਹੁੰਚੀ ਹੈਗੀ ਹੈ। ਸਾਡੇ ਕੋਲ ਕਿਸਾਨ ਹੈਗੇ, ਇਹਦੇ ਨਾਲ ਗੱਲਬਾਤ ਕਰਦੇ, ਕਿਸਾਨਾਂ ਨਾਲ ਪੁੱਛਦੇ ਹੈਗੇ ਆ, ਹਾਂਜੀ ਕੀ ਕਹਿਣਾ ਚਾਹੋਗੇ, ਤੁਹਾਡਾ ਕਿਹੜਾ ਪਿੰਡ ਹੈਗਾ ਅਤੇ ਜਿਹੜੀ ਤੁਸੀਂ ਕਣਕ ਲੈ ਕੇ ਆਏ ਹੈਗੇ ਹੋ, ਕੀ ਕਹਿਣਾ ਬਾਰੇ? ਸਾਡਾ ਪਿੰਡ ਹੀ ਨਰਮਣ ਹੈ ਜੀ। ਕਣਕ ਐਤਕੀ ਮੌਸਮ ਦਾ ਮਿਜਾਜ ਬਦਲਿਆ ਹੋਇਆ ਥੋੜ੍ਹਾ ਜਿਹਾ, ਲੇਟ ਹੈ ਕਣਕ। ਕਿੰਨੀ ਕੁ ਲੇਟ ਹੈ ਪਿਛਲੇ ਸਾਲ ਦੇ ਮੁਕਾਬਲੇ? ਪਿਛਲੇ ਸਾਲ ਨੂੰ ਜੀ 5 ਦਿਨ ਲੇਟ ਹੋਜੂ ਕਣਕ ਜੀ। ਹਜੇ ਵੀ ਵਾਰੀ ਵਾਢੀ ਪੂਰੇ ਜ਼ੋਰਾਂ ਦੇ ਨਾਲ ਚੱਲੀ ਹੈ। ਥੋੜ੍ਹਾ ਥੋੜ੍ਹਾ ਜਿਹਾ ਖੇਤ ਆ ਗੁੱਟਾਵਾਂ ਪੁਰਾਣੀ ਖੇਤ, ਉੱਥੇ ਮਸ਼ੀਨਾਂ ਚੱਲ ਗਈਆਂ। ਅੱਛਾ, ਹਰ ਸਾਲ ਮਾਰਕੀਟ ਕਮੇਟੀ ਇਹ ਦਾਅਵਾ ਕਰਦੀ ਹੈ ਵੀ ਕਿਸਾਨਾਂ ਨੂੰ ਮੰਡੀ ਵਿੱਚ ਕੋਈ ਪਛਾਣੀ ਨਾ ਦਿੱਤੀ ਜਾਵੇਗੀ, ਸਾਡੇ ਸਾਰੇ ਪੁਖਤਾ ਬੰਦੋਬਸਤ ਕੀਤੇ ਗਏ ਹੈਗੇ ਨੇ, ਚਾਹੇ ਉਹ ਪਾਣੀ ਪੀਣ ਵਾਲੇ ਦੀ ਗੱਲਬਾਤ ਕਰੀਏ, ਚਾਹੇ ਟੋਇਲਟ ਦੀ ਗੱਲ ਕਰੀਏ, ਚਾਹੇ ਸਾਫ਼ ਸਫਾਈ ਦੀ ਗੱਲ ਕਰੀਏ, ਉਸ ਨੂੰ ਦੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਪ੍ਰਬੰਧ ਕਿਸ ਤਰ੍ਹਾਂ ਤੋਂ ਲੱਗਦੇ ਹੈਗੇ ਆ? ਪ੍ਰਬੰਧ ਪਾਣੀ ਦਾ ਵੀ ਠੀਕ ਹੈਗਾ, ਲਿਫਟਿੰਗ ਵੀ ਵਧੀਆ ਹੋ ਰਹੀ ਹੈ। ਜਿਹੜੀ ਕਣਕ ਸੁੱਕੀ ਆਉਂਦੀ ਹੈ ਉਹ ਤੁਹਾਨੂੰ ਸਾਡੇ ਸਾਹਮਣੇ ਹੀ ਹੈ ਵੀ ਚੱਕੀ ਜਾਂਦੇ ਆ, ਕਣਕਾਂ ਥੋੜ੍ਹੀਆਂ ਸਲਾਬਗਾਂ ਮੋਚਰ ਜ਼ਿਆਦੇ ਹੈਗਾ। ਅਤੇ ਜਿਹੜੀ ਪ੍ਰੋਬਲਮ ਹੈ ਬਸ ਉਹ ਇੱਕ ਤਾਂ ਵਾਰਾ ਪਸਾਉਂਦੀ ਹੈ, ਅਤੇ ਇੱਕ ਜਦੋਂ ਕਣਕ ਦਾ ਸੀਜ਼ਨ ਹੋਗਾ ਜ਼ਿਆਦੇ ਉਦੋਂ ਚੋਰੀ ਦੇ ਵੀ ਹੁੰਦੀ ਹੈ, ਕੋਈ ਚੌਂਕੀਦਾਰ ਵਗੈਰਾ ਦਾ ਪ੍ਰਬੰਧ ਹੋਏ ਤਾਂ ਬਹੁਤ ਵਧੀਆ ਗੱਲ ਹੈ। ਇਹ ਹਰ ਸਾਲ ਪ੍ਰੋਬਲਮ ਆਉਂਦੀ ਹੈ, ਕਿਸਾਨ ਦਿੱਕਤ ਆਉਂਦੀ? ਇਹ ਪਸ਼ੂ ਡੰਗਰ 12 ਪਸ਼ੂ ਤਾਂ ਆਉਂਦੀ ਹੁੰਦੀ ਹੈ। ਆਉਂਦੀ ਹੈ, ਇਸ ਬਾਰੇ ਤੁਸੀਂ ਕਰਦੇ ਹੋ ਗੱਲਬਾਤ ਕੋਈ ਮਾਰਕੀਟ ਕਮੇਟੀ ਦੇ ਘਰ ਦੱਸਦੇ ਵੀ ਇਹ ਸਮੱਸਿਆ ਬਾਰੇ? ਇਹ ਤਾਂ ਜੀ ਅਸੀਂ ਤਾਂ ਨਹੀਂ ਕਿਸੇ ਨੂੰ ਦੱਸਿਆ, ਐਵੇਂ ਕਹਿ ਦਈਏ ਜੀ ਉਹਨਾਂ ਦੇ ਧਿਆਨ 'ਚ ਤਾਂ ਗੱਲ ਜਾਂਦੀ ਹਰ ਸਾਲ, ਤੁਸੀਂ ਵੇਖ ਦੱਸਣ ਵਾਲੇ। ਅੱਛਾ, ਤੁਸੀਂ ਕਣਕ ਲੈ ਕੇ ਆਏ ਹੋਗੋ, ਕਦੋਂ ਤੁਸੀਂ ਕਣਕ ਲੈ ਕੇ ਆਏ ਹੋ ਬਿੰਡਾ ਮੰਡੀ ਵਿੱਚ? ਕੀ ਤੁਹਾਡੀ ਕਣਕ ਦੀ ਬੋਲੀ ਹੋ ਚੁੱਕੀ ਹੈ? ਅੱਜ ਹੀ ਲਿਆਂਦੇ ਜੀ, ਹਜੇ ਪੱਖਾ ਲੱਗੀ ਜਾਂਦਾ ਜੀ, ਹਜੇ ਬੋਲੀ ਨਹੀਂ ਆਜੂ ਬੋਲੀ ਤਾਂ ਵੈਸੇ ਮੋਚਰ ਚੈੱਕ ਕਰਕੇ ਗਏ, ਮੋਚਰ ਥੋੜ੍ਹਾ ਵੱਧ ਸੀਗਾ, ਇਹ 'ਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਮੌਸਮ ਨਹੀਂ ਠੀਕ, ਧੁੱਪ ਲੱਗੇ ਤਾਂ ਫਿਰ ਮੋਚਰ ਸਹੀ ਆਉਂਦੇ। ਅੱਛਾ, ਜਿਸ ਤਰ੍ਹਾਂ ਮੌਸਮ ਖਰਾਬ ਹੋ ਰਿਹਾ, ਅੱਜ ਵੀ ਮੌਸਮ ਲੱਗ ਰਿਹਾ ਵੀ ਬੱਦਲਬਾਰੀ ਹੋ ਰਹੀ ਹੈ, ਹਵਾ ਚੱਲ ਰਹੀ ਹੈ, ਜੇ ਫਿਰ ਮੌਸਮ ਖਰਾਬ ਹੁੰਦਾ, ਮੀਂਹ ਪੈਂਦਾ ਹੈਗਾ ਜਾਂ ਤੇਜ਼ ਹਵਾ ਚੱਲਦੀ, ਕਿੰਨਾ ਕੁ ਕਿਸਾਨ ਨੂੰ ਇਹਦੇ 'ਚ ਪਰੇਸ਼ਾਨੀ ਹੋਵੇਗੀ? ਕਿਸਾਨ ਨੂੰ ਤਾਂ ਪਰੇਸ਼ਾਨੀ ਹੋਊਗੀ ਹੋਊਗੀ, ਵਾਢੀ ਲੇਟ ਜਾਊਗੀ ਜੀ, ਤਾਂ ਫਿਰ ਤੂੜੀ ਬਣਾਉਣੀ ਔਖੀ ਹੋ ਜੂਗੀ, ਕੁਛ ਵੀ ਹੋ ਸਕਦਾ, ਨੁਕਸਾਨ ਵੀ ਹੋ ਸਕਦਾ ਕਣਕ ਫਸਲ ਦਾ ਜੀ। ਅੱਛਾ, ਕਿਸਾਨ ਵੈਸੇ ਪਰੇਸ਼ਾਨ ਨਜ਼ਰ ਆ ਰਿਹਾ? ਹਾਂ ਪਰੇਸ਼ਾਨ। ਸਾਡੇ ਕੋਲ ਹੋਰ ਵੀ ਕਿਸਾਨ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਕਣਕ ਲੈ ਕੇ ਆਏ ਹੋ? ਸਾਰਾ ਪਹਿਲਾਂ ਤੋਂ ਕਿਹੜਾ ਤੁਹਾਡਾ ਪਿੰਡ ਹੈਗਾ ਕਿ ਕਣਕ ਤੁਹਾਡੀ ਫਸਲ ਵਿਕ ਚੁੱਕੀ ਹੈ? ਮੈਂ ਲੋਕਲ ਬਠਿੰਡੇ ਤੋਂ ਹਾਂ ਵੀਰੇ, ਅਤੇ ਅੱਜ ਹੀ ਅਸੀਂ ਕਣਕ ਲੈ ਕੇ ਆਏ ਹਾਂ, ਪਹਿਲਾ ਦਿਨ ਹੀ ਹੈ ਸਾਡੇ ਮੰਡੀ 'ਚ, ਤੁਹਾਨੂੰ ਦਿਸ ਰਹੇ ਵੀ ਕੋਈ ਟਾਵਾਂ ਟਾਵਾਂ ਹੀ ਆਏ ਆ, ਵਾਢੀ ਸ਼ੁਰੂ ਹੋਈ ਹੈ, ਠੀਕ ਹੈ ਨਾ ਜੀ? ਅੱਜ ਤਾਂ ਕੋਈ ਪਰੇਸ਼ਾਨੀ ਲੱਗ ਨਹੀਂ ਰਹੀ ਹੈ, ਅਤੇ ਪਰੇਸ਼ਾਨੀ ਤਾਂ ਭਾਈ ਸਾਹਿਬ ਪਹਿਲਾਂ ਵੀ ਦੱਸ ਕੱਟਿਆ ਤੁਹਾਨੂੰ ਵੀ, ਜੇ ਕੋਈ ਆਉਣ ਜ਼ਿਆਦਾ ਜਦੋਂ ਕਣਕ ਆ ਜਾਂਦੀ ਆ ਉਹ ਜਿਹੜੇ ਰਾਤ ਨੂੰ ਚੱਕਣ ਵਾਲੇ ਇੱਥੋਂ ਹੈਗੇ ਆ ਚੋਰੀ ਕਰਦੇ ਆ, ਉਹ ਪਰੇਸ਼ਾਨੀਆਂ ਜਾਂ 12 ਪਸ਼ੂਆਂ ਦੀ ਪਰੇਸ਼ਾਨੀ। ਅੱਛਾ, ਹੋਰ ਗੱਲ ਕਰੀਏ ਪ੍ਰਬੰਧ ਦੀ ਗੱਲ ਕਰੀਏ, ਮਾਰਕੀਟ ਕਮੇਟੀ ਨੇ ਕਿਸ ਤਰ੍ਹਾਂ ਪ੍ਰਬੰਧ ਕੀਤਾ ਕਿਸਾਨਾਂ ਵਾਸਤੇ? ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਪੂਰੇ ਵਧੀਆ ਢੰਗ ਨਾਲ ਕੀਤੇ ਵੀ ਆ, ਪ੍ਰੋਪਰ ਸਟਾਲਾਂ ਲਾਈਆਂ ਵੀ ਆ, ਪਾਣੀ ਦੀਆਂ ਦੇ ਲਓ 2-3 ਸਟਾਲਾਂ ਲੱਗੇ ਪਈਆਂ ਪਾਣੀ ਦੀਆਂ, ਅਤੇ ਲੈਟਰ ਬਾਥਰੂਮ ਵਾਲਾ ਅਜੇ ਚਲੋ ਟਾਵਾਂ ਟਾਵੇ ਆਏ ਆ ਕਿਸਾਨ, ਇਹ ਤਾਂ ਕੋਈ ਗੱਲ ਨਹੀਂ, ਜਦੋਂ ਜ਼ਿਆਦਾ ਆ ਜਾਂਦੇ ਉਦੋਂ ਕੋਈ ਪਰੇਸ਼ਾਨੀ ਆਉਂਦੀ ਹੈ। ਫਿਰ ਜੇ ਆਪਾਂ ਸਰਕਾਰੀ ਖਰੀਦ ਦੀ ਗੱਲ ਕਰੀਏ, ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ? ਸਰਕਾਰੀ ਖਰੀਦ ਤਾਂ ਤੁਹਾਡੇ ਮਾਧਿਅਮ ਪਤਾ ਲੱਗਿਆ ਵੀ 1 ਤਰੀਕ ਤੋਂ ਸ਼ੁਰੂ ਆਤਾ, ਪਰ ਹੁਣ ਇਹ ਕਣਕਾਂ ਦੀ ਜਿਹੜਾ ਮੌਸਮ ਤੋਂ ਤੁਸੀਂ ਦੱਸ ਹੀ ਰਹੋ ਬਦਲਵਾਈ ਹੋ ਗਈ ਹੈ, ਇਹ ਇਹਦਾ ਕਰਕੇ 10-15 ਦਿਨ ਕਣਕ ਲੇਟ ਹੈਗੀ ਆ ਜੀ, ਕਿਤੇ 2-3 ਤਰੀਕ ਤਾਂ ਕਣਕ ਬਣੇ, ਹੁਣ ਵਿਸਾਖੀ ਤੋਂ ਬਾਅਦ ਕਣਕ ਸ਼ੁਰੂ ਹੋ, ਅੱਜ ਵੀ ਅੱਜ ਸ਼ੁਰੂ ਹੋਈ ਹੈ, 15 ਤਰੀਕ ਤੋਂ ਸਮਝ ਲਓ ਵਾਢੀ ਸ਼ੁਰੂ ਹੋਈ ਹੈ, ਅਤੇ ਹਫ਼ਤੇ ਤਾਂ ਮੈਨੂੰ ਲੱਗਦਾ ਵੀ ਸਾਰੀ
ਜੇ ਮੌਸਮ ਠੀਕ ਰਿਹਾ ਤਾਂ ਪੂਰੀ ਮੰਡੀ ਭਰ ਜਾਣੀ ਹੈ। ਅੱਛਾ, ਹਰ ਸਾਲ ਜਿਹੜੀ ਟਮਾਟਰ ਕਮੇਟੀ ਦੇ ਅਧਿਕਾਰੀ ਕਹਿੰਦੇ ਹੈਗੇ ਨੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇ, ਕਿਸਾਨਾਂ ਦਾ ਇੱਕ ਇੱਕ ਦਾਣਾ ਚੱਕਿਆ ਜਾਵੇਗਾ, ਜੇ ਇਸ ਸਾਲ ਦੀ ਗੱਲ ਕਰੀਏ ਵੀ ਕਿੰਨੇ ਕੁ ਤੁਹਾਨੂੰ ਉਹਨਾਂ ਦੇ ਜਿਹੜੇ ਵਾਅਦੇ ਜਿਹੜੇ ਹੈਗੇ ਦਾਅਵੇ ਕਿੰਨੇ ਸਹੀ ਲੱਗਦੇ ਨੇ? ਦੇਖੋ ਜੀ, ਉਹਨਾਂ ਦਾ ਜਿਹੜਾ ਕੋਈ ਕਹਿ ਰਹੇ ਉਹਨਾਂ ਦਾ ਕੋਈ ਦਾਅਵਾ ਹੈਗਾ? ਫਿਲਹਾਲ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਾਂ ਜੀ ਵੀ ਕਣਕ ਥੋੜ੍ਹੀ ਆਈ ਹੈ ਮੰਡੀ ਦੇ ਵਿੱਚ, ਅਤੇ ਲਿਫਟਿੰਗ ਦਾ ਨਾਲ ਦੇਣਾ 40 ਤੁਸੀਂ ਮਾਰ ਸਕਦੇ ਹੋ, ਜਦ ਉੱਧਰ ਦੇਖ ਸਕਦੇ ਹੋ ਕੈਮਰਾ ਲਾ ਕੇ ਲਿਫਟਿੰਗ ਨਾਲ ਹੋ ਰਹੀ ਆ, ਕੋਈ ਦਿੱਕਤ ਨਹੀਂ ਹੈ। ਤੁਹਾਨੂੰ ਲੱਗਦਾ ਵੀ ਇਸ ਵਾਰ ਪ੍ਰਬੰਧ ਪੂਰੇ ਹੈਗੇ ਨੇ? ਹਾਂ, ਪ੍ਰਬੰਧ ਪੂਰੇ ਆ ਜੀ। ਆਪਣੇ ਬਠਿੰਡੇ ਮਾਰਕੀਟ ਦੇ ਅਧੀਨ ਜਿਹੜੇ ਮੇਨ ਯਾਰਡ ਅਤੇ ਸੈਂਟਰ ਪੈਂਦੇ ਹੈਗੇ, ਉਹਨਾਂ 'ਚ ਕੁੱਲ ਆਪਣੇ ਕੋਲ ਹੁਣ ਤੱਕ 395 MT ਆਮਦ ਆ ਚੁੱਕੀ ਹੈ, ਅਤੇ ਜਿਹਦੇ ਵਿੱਚੋਂ ਕਿ ਆਪਾਂ 79 MT ਜਿਹੜੀ ਬੋਲੀ ਹੋ ਚੁੱਕੀ ਹੈ, ਉਹ 'ਚੋਂ 25 MT ਗੌਰਮੈਂਟ ਖਰੀਦ ਹੈਗੀ ਅਤੇ 54 MT ਪ੍ਰਾਈਵੇਟ ਖਰੀਦ ਹੋ ਗਈ ਹੈ। ਪ੍ਰਬੰਧ ਕਿਸ ਤਰ੍ਹਾਂ ਕੀਤਾ ਪ੍ਰਬੰਧ? ਸਾਡੇ ਕੋਲ ਜੋ ਵੀ ਮੰਡੀ ਬੋਰਡ ਵੱਲੋਂ ਪ੍ਰਬੰਧ ਹੁੰਦੇ ਹੈਗੇ, ਸਾਡੇ ਮੇਨ ਸਫਾਈ ਦੇ ਹੁੰਦੇ ਆ, ਪਹਿਲੇ ਮੁੱਢਲੇ ਪ੍ਰਬੰਧ, ਉਸ ਤੋਂ ਬਾਅਦ ਪਾਣੀ ਦੇ, ਲਾਈਟ ਦੇ, ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ, ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ, ਕੋਈ ਸਮੱਸਿਆ ਨਹੀਂ ਗੀ। ਅੱਛਾ, ਮੌਸਮ ਖਰਾਬ ਹੋ ਰਿਹਾ, ਉਹਦੇ ਪ੍ਰਬੰਧ ਕੀ ਕੀਤੇ ਨੇ? ਜਿਹੜੀ ਮੌਸਮ ਦੀ ਜਿਵੇਂ ਕੱਲ੍ਹ ਦਾ ਅਨੁਮਾਨ ਸੀਗਾ ਆਪਣਾ ਵੀ ਬਾਰਿਸ਼ ਅੱਜ ਕੱਲ੍ਹ ਆਉਣ ਦੀ ਸੰਭਾਵਨਾ ਸੀਗੀ, ਸਾਡੇ ਵੱਲੋਂ ਸਾਰੇ ਆੜ੍ਹਤੀਆਂ ਸਾਹਿਬਾਨਾਂ ਨੂੰ ਵੀ ਲਿਖਤੀ ਤੌਰ 'ਤੇ ਅਤੇ ਜ਼ਬਾਨੀ ਤੌਰ 'ਤੇ ਮੈਸੇਜ ਲਗਾਇਆ ਹੋਇਆ ਹੈਗਾ ਵੀ ਜਿੰਨੀ ਵੀ ਆਪਣੇ ਕੋਈ ਕਣਕ ਆਉਂਦੀ ਹੈ ਮੰਡੀ ਦੇ ਵਿੱਚ, ਨਾਲ ਦੀ ਨਾਲ ਵੀ ਤਰਪਾਲਾਂ ਟਕੀ ਜਾਵੇ, ਪੂਰਾ ਦਿਨ ਧਿਆਨ ਰੱਖਿਆ ਜਾਵੇ। ਅੱਛਾ, ਜਿਸ ਤਰ੍ਹਾਂ ਹੁਣ ਦਿਨ ਅੱਗੇ ਹੋਰ ਵਧਣਗੇ, ਕਣਕ ਹੋਰ ਵੀ ਆਮਦਨ ਵਧੂਗੀ ਜੀ? ਬਿਲਕੁਲ ਜੀ, ਆਪਸ ਇੱਕ ਦੋ ਦਿਨ ਆਪਣਾ ਮੌਸਮ ਠੰਡਾ ਲੱਗ ਰਿਹਾ ਹੈਗਾ, ਅਤੇ ਇਸ ਤੋਂ ਬਾਅਦ ਹੁਣ ਸਾਡਾ ਸੀਜ਼ਨ ਪ੍ਰੋਪਰ ਸ਼ੁਰੂ ਹੋ ਜਾਣਾ ਹੈਗਾ ਅਤੇ ਪੂਰੀ ਫੁੱਲ ਅਰਾਈਵਲ ਆਊਗੀ। ਜੇ ਪਿਛਲੇ ਸਾਲ ਦੇ ਮੁਕਾਬਲੇ ਤਾਂ ਇਸ ਵਾਰ ਲੇਟ ਆਈ ਕਣਕ? ਦੇਖੋ, ਪਿਛਲੇ ਸਾਲਾਂ ਦੇ ਵਿੱਚ ਆਪਣੇ ਕੋਲ ਇੱਥੇ 5-6 ਤਰੀਕ ਨੂੰ ਅਰਾਈਵਲ, 1-2 ਤਰੀਕ ਕੋਈ ਆ ਜਾਂਦੀ ਸੀ, ਇਸ ਵਾਰੀ ਹਫ਼ਤਾ ਲੇਟ ਹੈਗੀ ਹੈ, ਪਰ ਹੁਣ ਚੱਲ ਪੂਗਾ। ਮਤਲਬ ਕਿਸਾਨਾਂ ਨੂੰ ਕੀ ਅਪੀਲ ਹੈ? ਕਿਸਾਨ ਸਾਡੀ ਇੱਕੋ ਅਪੀਲ ਹੀ ਹੁੰਦੀ ਹੈ ਹਰ ਵਾਰ ਵੀ ਆਪਣੀ ਜਿਹੜੀ ਕਣਕ ਹੈਗੀ ਉਹ ਸੁੱਕੀ ਲੈ ਕੇ ਆਉਣ, ਗਿੱਲੀ ਕਣਕ ਨਾ ਲੈ ਕੇ ਆਉਣ, ਇੱਥੇ ਸੁਕਾ ਕੇ ਲੈ ਕੇ ਆਉਣ, ਤਾਂ ਜੋ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਬੋਲੀ ਕਰਵਾ ਕੇ ਫ੍ਰੀ ਕਰ ਸਕੀਏ।